ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਔਰ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਮੈਂ ਤੁਹਾਨੂੰ ਇੱਕ ਵਾਰੀ ਖਾਲਸਾ ਰਾਜ ਫੁੱਟ ਸਟੈਪਸ ਨੂੰ ਲੈ ਕੇ ਬਹੁਤ ਹੀ ਖਾਸ ਚੀਜ਼ ਲੈ ਕੇ ਆਇਆ ਵਾਂ, ਖਾਲਸਾ ਹਾਈ ਸਕੂਲ ਸਾਗਰੀ। ਸਰਦਾਰ ਮਹਿਤਾਬ ਸਿੰਘ ਜੀ ਦੇ ਹੱਥੋਂ ਰੱਖੀ ਹੋਈ ਨੀਂਹ ਪੱਥਰ ਇਸ ਸਕੂਲ ਦੀ ਅੱਜ ਵੀ ਯਾਦ ਤਾਜ਼ਾ ਕਰਾਉਂਦੀ ਹੈ। ਔਰ ਬਹੁਤ ਜ਼ਿਆਦਾ ਸਾਰੇ ਹਾਈ ਰੈਂਕ ਪਰਸਨੈਲਿਟੀਜ਼ ਆਫ ਪਾਕਿਸਤਾਨ ਜਿਹੜੇ ਨੇ ਇਹਨਾਂ ਰਿਲੇਟਿਡ ਨੇ, ਔਰ ਕੁਛ ਲੋਕ 1947 ਦੇ ਵਿੱਚ ਮੂਵ ਕਰ ਗਏ, ਔਰ ਕੁਛ ਲੋਕਾਂ ਦੇ ਫੋਰ ਫਾਦਰਸ ਨੇ ਇਸ ਜਗ੍ਹਾ ਦੀ ਸੇਵਾ ਕਰਵਾਈ ਸੀ। ਅਤੇ ਮੈਂ ਉਹਨਾਂ ਨੂੰ ਹੀ ਲੈ ਕੇ ਅੱਜ ਮੈਂ ਫਸਟ ਟਾਈਮ ਐਸਾ ਆਇਆ ਕਿ ਕਿਸੇ ਖਾਲਸਾ ਹਾਈ ਸਕੂਲ ਦੇ ਵਿੱਚ ਮੈਂ ਪਹੁੰਚਿਆ ਜਿਹਦੇ 'ਚ ਉਹਨਾਂ ਦੇ ਫੋਰ ਫਾਦਰਸ ਦੀ ਕਰਵਾਈ ਹੋਈ ਸੇਵਾ ਜਿਹੜੀ ਹੈ ਇੰਨੀ ਪਲੰਪ ਗਈ ਹੈ ਕਿ ਇਹ ਹਾਇਰ ਸੈਕੰਡਰੀ ਤੱਕ ਪਹੁੰਚ ਗਿਆ। ਜੀ ਹਾਂ, ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ ਆਨੰਦ ਜੀ, ਔਰ ਉਹਨਾਂ ਦੇ ਨਾਲ ਨੇ ਵੀਰ ਨਵਤੇਜ ਸਿੰਘ ਆਨੰਦ ਜੀ। ਅਤੇ ਇਹਨਾਂ ਦੇ ਫੋਰ ਫਾਦਰਸ, ਇਹਨਾਂ ਦੇ ਦਾਦਾ ਜੀ ਦੇ ਭਾਈ ਨੇ ਜਿਹੜੇ ਉਹਨਾਂ ਨੇ ਇਸ ਸਕੂਲ ਦੀ ਬੁਨਿਆਦ ਰੱਖੀ ਸੀ, ਔਰ ਅੱਜ ਮੈਂ ਇਹਨਾਂ ਨੂੰ ਲੈ ਕੇ ਇੱਥੇ ਪਹੁੰਚਿਆ ਵਾਂ। ਇਹ ਫਸਟ ਟਾਈਮ ਅੱਜ ਆਪਣੇ ਜੀ ਫਸਟ ਟਾਈਮ ਵੀਰ ਜੀ ਵੀਰ ਨਵਤੇਜ ਸਿੰਘ ਆਨੰਦ ਜਿਹੜੇ ਨੇ ਉਹਨਾਂ ਦੇ ਵਿਊਜ਼ ਮੈਂ ਕਰਾਂਗਾ ਕਿ ਇਹਨਾਂ ਦੇ ਦਾਦਾ ਜੀ ਦੇ ਜਿਹੜੇ ਭਾਈ ਸਨ ਉਹਨਾਂ ਨੇ ਜਦੋਂ ਇੱਥੇ ਦੀ ਬੁਨਿਆਦ ਰੱਖੀ ਹੈ, ਅਤੇ ਇਹਨਾਂ ਦੀ ਕੀ ਫੀਲਿੰਗਸ ਨੇ ਇਸ ਜਗ੍ਹਾ ਨੂੰ ਦੇਖ ਕੇ। ਜੀ ਵੀਰ ਜੀ, ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ। ਅੱਛਾ ਵੀਰ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੈਸਾ ਫੀਲ ਕਰ ਰਹੇ ਹੋ ਸਕੂਲ ਵਿੱਚ ਆ ਕੇ? ਇਹ ਆਖਿਰ 70 ਸਾਲ ਹੋ ਗਏ ਇਸ ਜਗ੍ਹਾ ਨੂੰ, ਪੁਸ਼ਤਾਨੀ ਤੁਹਾਡੇ ਬਜ਼ੁਰਗ ਛੱਡ ਕੇ ਚਲੇ ਗਏ, ਸਕੂਲ ਤਰੱਕੀ ਕਰਦਾ ਕਰਦਾ ਮਿਡਲ ਤੋਂ ਪ੍ਰਾਇਮਰੀ ਤੋਂ ਮਿਡਲ, ਮਿਡਲ ਤੋਂ ਹਾਈ, ਔਰ ਹਾਈ ਤੋਂ ਹੁਣ ਹਾਇਰ ਸੈਕੰਡਰੀ ਹੈ, ਔਰ ਇੱਥੇ ਦੀ ਐਜੂਕੇਸ਼ਨ ਸਿਸਟਮ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਤੁਹਾਡਾ ਵੀ ਹੱਥ ਬਣਦਾ, ਤੁਹਾਡੇ ਪੁਰਖਾਂ ਨੇ ਇਹਦੀ ਨੀਂਹ ਪੱਥਰ ਰੱਖੀ ਸੀ, ਤਾਂ ਤੁਸੀਂ ਕੈਸਾ ਮਹਿਸੂਸ ਕਰ ਰਹੇ ਹੋ ਇੱਥੇ ਸਾਗਰੀ ਆ ਕੇ? ਤੁਸੀਂ ਆਪਣੇ ਫੋਰ ਫਾਦਰਸ ਦੇ ਫੁੱਟ ਸਟੈਪਸ ਨੂੰ ਦੇਖ ਕੇ ਕੈਸਾ ਤੁਹਾਨੂੰ ਫੀਲ ਹੋ ਰਿਹਾ? ਦੇਖੋ ਜੀ, ਸਭ ਤੋਂ ਪਹਿਲੇ ਤਾਂ ਇਹ ਜਿਹੜੀ ਸਿੱਖੀ ਹੈਗੀ ਹੈ, ਇਹਨਾਂ ਨੇ ਤਾਲੀਮ ਉੱਤੇ ਬਹੁਤ ਜ਼ੋਰ ਦਿੱਤਾ, ਉਹ ਸਾਡੇ ਬਜ਼ੁਰਗਾਂ ਨੇ ਵੀ ਉਸ ਨੂੰ ਅੱਗੇ ਵਧਾਇਆ। ਇੱਥੇ ਆ ਕੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਬਜ਼ੁਰਗ ਕਿੰਨੀ ਨੇਕ ਰੂਹਾਂ ਸਨ ਕਿ ਉਹਨਾਂ ਨੇ ਆਵਾਮ ਵਾਸਤੇ ਇੱਕ ਤਾਲੀਮ ਦਾ ਜ਼ਰੀਆ ਬਣਾਇਆ, ਔਰ ਜਿਹੜਾ ਕਿ ਉਸ ਵੇਲੇ ਉਹਨਾਂ ਨੇ ਆਪਣੀ ਤਰਫੋਂ ਪ੍ਰਾਇਮਰੀ ਸਕੂਲ ਖੋਲ੍ਹਿਆ ਸੀ ਅਤੇ ਸਮੇਂ ਪੈਂਦਿਆਂ ਉਹ ਬਣਾ ਦਿੰਦੇ ਹਾਈ ਸਕੂਲ, ਲੇਕਿਨ ਹਾਲਾਤ ਐਸੇ ਹੋ ਗਏ ਕਿ ਉਹ ਪ੍ਰਾਇਮਰੀ ਤੱਕ ਹੀ ਛੱਡ ਕੇ ਤੁਰ ਗਏ। ਲੇਕਿਨ ਮੈਨੂੰ ਇੱਧਰ ਦੇਖ ਕੇ ਇੱਕ ਬੜਾ ਪ੍ਰਿਵਲੇਜ ਫੀਲ ਹੁੰਦਾ, ਔਰ ਬੜਾ ਸ਼ੌਕ ਲੱਗਿਆ ਕਿ ਇੰਨੀ ਵੱਡੀ ਜਗ੍ਹਾ, ਇੰਨੀ ਵੱਡੀ ਜਗ੍ਹਾ ਇਹਨਾਂ ਨੇ ਲੈ ਲਈ ਸੀ ਸਾਡੇ ਬਜ਼ੁਰਗਾਂ ਨੇ, ਜਿਸ ਦੇ ਉੱਤੇ ਤਾਲੀਮ ਵਾਸਤੇ ਸਿਰਫ ਪ੍ਰਾਇਮਰੀ ਪੜ੍ਹਾਇਆ ਸੀ। ਹੋ ਸਕਦਾ ਉਸ ਵੇਲੇ ਸਮੇਂ ਘੱਟ ਰਿਹਾ, ਉਹਨਾਂ ਨੇ ਦੂਰ ਅੰਦੇਸ਼ੀ ਨਾਲ ਇਹਨੂੰ ਮਿਡਲ ਸਕੂਲ ਫਿਰ ਹਾਈ ਸਕੂਲ ਕੀਤਾ ਹੋਵੇ, ਅਤੇ ਅਕੋਰਡਿੰਗਲੀ ਉਸ ਦੇ ਬਾਅਦ ਉਹਨਾਂ ਦੀ ਇਹ ਸੋਚ ਹੋਵੇ ਕਿ ਸ਼ਾਇਦ ਇੱਧਰ ਉਹ ਯੂਨੀਵਰਸਿਟੀ ਵੀ ਪੜ੍ਹਾ ਦੇਣ, ਇਹਦੇ ਉੱਤੇ ਇੰਨੀ ਜਗ੍ਹਾ ਖਾਲੀ ਪਈ ਆ ਹਾਲੇ ਵੀ। ਹਾਂਜੀ ਹਾਂਜੀ, ਨਹੀਂ ਦੇਖੋ ਉਹ ਆਰਕੀਟੈਕਚਰ ਆਰਕੀਟੈਕਚਰ ਦੇ ਹਵਾਲੇ ਨਾਲ ਕੁਛ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਸਕੂਲ ਦੇ ਦੁਆਲੇ ਖੁੱਲ੍ਹੀ ਜਗ੍ਹਾ ਰੱਖਣਾ ਜ਼ਰੂਰੀ ਹੈ। ਵੈਂਟੀਲੇਸ਼ਨ, ਕਿਉਂਕਿ ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਿਆ ਵਾਂ ਕਿ ਖਾਲਸਾ ਸਕੂਲਾਂ ਦੇ ਵਿੱਚ ਸਭ ਨੂੰ ਜ਼ਿਆਦਾ ਜਿਹੜਾ ਉਹ ਖਿਆਲ ਇਸ ਚੀਜ਼ ਦਾ ਰੱਖਿਆ ਜਾਂਦਾ ਸੀ ਕਿ ਚਾਰੋਂ ਪਾਸੇ ਜਿਹੜੀ ਵੈਂਟੀਲੇਸ਼ਨ ਆ ਉਹਦਾ ਬਹੁਤ ਅੱਛਾ ਪ੍ਰਬੰਧ ਹੈ। ਬਹੁਤ ਸੋਹਣਾ ਵੀ ਤੁਸੀਂ ਦੇਖਿਆ ਹੀ ਹੈਗਾ ਕਿ ਇਹੋ ਜਿਹਾ ਵੈਂਟੀਲੇਸ਼ਨ ਦਾ ਪ੍ਰਬੰਧ ਅੱਜ ਕੱਲ੍ਹ ਜਿਹੜੇ ਨਵੇਂ ਸਕੂਲ ਬਣਦੇ ਪਏ ਨੇ ਉਹਨਾਂ ਵਿੱਚ ਨਹੀਂ ਹੈਗਾ। ਔਰ ਦੂਸਰਾ, ਕੁਛ ਲੋਕ ਕਹਿੰਦੇ ਨੇ ਕਿ ਬੈਨੀਅਨ ਟ੍ਰੀ ਜਿਹੜਾ ਇਹ ਬੋਰਡ ਦਾ ਦਰਖਤ ਹੈ, ਇਸਦਾ ਕੋਈ ਤਲਕ ਨਹੀਂ ਹੈ। ਅਗਰ ਸਿੱਖੀ ਦੇ ਨਾਲ ਇਹਦਾ ਕੋਈ ਤਲਕ ਨਹੀਂ ਹੈ ਤਾਂ ਫਿਰ ਕਿਉਂ ਉਹ ਹਰ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਤੁਹਾਨੂੰ ਬੇਰੀ ਦੇ ਵੰਸ਼ ਨਜ਼ਰ ਆਉਂਦੇ ਨੇ, ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਨੇ ਬਹੁਤ ਸਭ ਤੋਂ ਜ਼ਿਆਦਾ ਨਜ਼ਰ ਆਉਣਗੇ ਤੁਹਾਨੂੰ ਕਿ ਪਲਾਂਟਿਡ ਇੱਥੇ ਖਿੱਤਾ ਪਟਵਾਰ ਦੇ ਅੰਦਰ ਸਪੈਸ਼ਲੀ ਜਿਹੜਾ ਹੈ, ਤੁਸੀਂ ਦੇਖੋ ਕਿ ਬੜੇ ਬੜੇ ਦਰਖਤ ਜਿਹੜੇ ਨੇ ਉਹ ਹੋਰ ਵੀ ਤਾਂ ਹੈ ਸਾਨੂੰ ਉਸ ਵੇਲੇ, ਲੇਕਿਨ ਸਿਰਫ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਕੋਸ਼ਿਸ਼ ਹੁੰਦੀ ਸੀ ਹਰ ਬੰਦਾ ਆਪਣੇ ਵੱਡਿਆਂ ਦੇ ਨਾਮ ਦੇ ਉੱਤੇ, ਬਜ਼ੁਰਗਾਂ ਦੇ ਨਾਮ ਦੇ ਉੱਤੇ ਸਿਰਫ ਕੀ ਲਾਉਂਦਾ ਸੀ, ਬੈਨੀਅਨ ਟ੍ਰੀ ਲਾਉਂਦਾ ਸੀ। ਦੇਖੋ ਨਾ ਤੁਸੀਂ ਦਰਖਤ ਦੇਖੋ, ਇਹ ਦਰਖਤ ਘੱਟੋ ਘੱਟ 400-500 ਸਾਲ ਪੁਰਾਣਾ ਹੋਵੇ ਕਮ ਸੇ ਕਮ ਲੱਗਦਾ ਪਿਆ। ਜੀ ਜੀ, ਸਾਡੇ ਬਜ਼ੁਰਗਾਂ ਨੇ, ਔਰ ਇਹ ਜਿਹੜਾ ਦਰਖਤ ਹੈਗਾ, ਦਰਖਤ ਦੀ ਸਿੱਖੀ ਦੇ ਵਿੱਚ ਬਹੁਤ ਮਾਨਤਾ ਹੈਗੀ ਹੈ। ਕਿਉਂ? ਕਿਉਂਕਿ ਸਾਡੇ ਜਿਹੜੇ ਪੁਰਾਣੇ ਪੀਰ ਫਕੀਰ ਗੁਰੂ ਮਹਾਰਾਜ ਵਗੈਰਾ ਸਾਰਿਆਂ ਨੇ ਕਿਸੇ ਨਾ ਕਿਸੇ ਜਗ੍ਹਾ 'ਤੇ ਜਾ ਕੇ ਕਿਧਰੇ ਨਾ ਕਿਧਰੇ ਜਾ ਕੇ ਦਰਖਤ ਥੱਲੇ ਬੈਠ ਕੇ ਇਬਾਦਤ ਕੀਤੀ, ਕੁਛ ਤਾਲੀਮ ਦੇ ਬਾਰੇ, ਕੁਛ ਸਿੱਖੀ ਦੇ ਬਾਰੇ, ਕੁਛ ਆਪਣੇ ਰੂਹਾਂ ਦੇ ਬਾਰੇ, ਰੱਬ ਦੇ ਬਾਰੇ ਉਹਨਾਂ ਨੇ ਉਧਰੋਂ ਤਾਲੀਮ ਦਿੱਤੀ। ਅਤੇ ਇਹ ਸਾਰੀ ਗੱਲ, ਦਰਖਤ ਦਾ ਬਹੁਤ ਮਹੱਤਵ ਹੈ, ਬਹੁਤ ਮਹੱਤਵ ਹੈ। ਇਹ ਦਰਖਤ ਜਿਹੜਾ ਹੈਗਾ ਵੇ, ਬੋਰਡ ਦਾ ਦਰਖਤ, ਤੁਸੀਂ ਦੇਖੋ ਕੈਸਾ ਖੂਬਸੂਰਤ ਨਜ਼ਾਰਾ ਲੱਗਦਾ ਪਿਆ। ਜੀ ਬਿਲਕੁਲ, ਇੰਝ ਲੱਗਦਾ ਸ਼ਾਂਤੀ ਨਿਕੇਤਨ ਹੀ ਚਾਹ ਗਿਆ। ਇੰਨਾ ਖੁੱਲ੍ਹਾ, ਇੰਨਾ ਖੁੱਲ੍ਹਾ, ਇੰਨਾ ਵੱਡਾ ਹੈਗਾ। ਬਾਬਾ ਬੋਰਡ ਦੇ ਬਾਰੇ ਗੱਲ ਕਰ ਰਹੇ ਨੇ ਵੀ ਨਵਤੇਜ ਸਿੰਘ ਆਨੰਦ ਜੀ, ਕਿ ਕਹਿ ਰਹੇ ਨੇ ਕਿ
ਇਹਦੀ ਮਹਾਨਤਾ ਜਿਹੜੀ ਹੈ ਇਹਦੇ ਥੱਲੇ ਪੀਰ ਫਕੀਰ ਬਜ਼ੁਰਗ ਗੁਰੂ ਤਮਾਮ ਲੋਕ ਆ ਕੇ ਬੈਠੇ ਨੇ, ਕਿਸੇ ਇੱਕ ਧਰਮ ਦੇ ਨਾਲ ਇਹਨਾਂ ਦਾ ਤਲਕ ਨਹੀਂ ਹੈ। ਸਭ ਲੋਕ ਜਿਹੜੇ ਨੇ ਇਹਨਾਂ ਨੂੰ ਬਰਾਬਰ ਦੀ ਇੱਜ਼ਤ ਦਿੰਦੇ ਸੀ ਔਰ ਦਿੰਦੇ ਨੇ ਹੁਣ ਤੱਕ। ਜਿੱਥੇ ਇਹਨਾਂ ਦੀ ਛਾਂ ਦੇ ਥੱਲੇ ਉਸ ਵੇਲੇ ਬੱਚੇ ਖੇਡਦੇ ਸਨ ਅਤੇ ਅੱਜ ਵੀ ਅਗਰ ਦੇਖਿਆ ਜਾਏ ਤਾਂ ਲੋਕ ਔਰ ਬੱਚੇ ਜਿਹੜੇ ਨੇ ਇਹਦੇ ਥੱਲੇ ਆ ਕੇ ਬੈਠਦੇ ਨੇ। ਅੱਛਾ, ਇੱਕ ਖੂਹ ਹੁੰਦਾ ਸੀ ਵੀਰ ਜੀ, ਮੈਂ ਆਓ ਤੁਹਾਨੂੰ ਖੂਹ ਦਿਖਾਵਾਂ। ਉਹ ਸਾਹਮਣੇ ਜਿਹੜੀ ਗੋਲ ਜੀ ਤੁਹਾਨੂੰ ਨਜ਼ਰ ਆ ਰਹੀ ਹੈ ਜਗ੍ਹਾ ਬੰਦ ਹੈ ਜੀ, ਉਹ ਖੂਹ ਹੈ। ਉਹ ਹਾਂਜੀ, ਇਹ ਖੂਹ ਹੈ। ਉਸ ਵੇਲੇ ਸੇਵਾ ਜਿਹੜੀ ਸੀ ਇਹ ਖੂਹ ਦੀ ਵੀ ਕੀਤੀ ਗਈ ਸੀ ਤਾਂ ਕਿ ਜਿਹੜੇ ਸਕੂਲ ਦੇ ਬੱਚੇ ਨੇ ਉਹ ਪਾਣੀ ਪੀ ਸਕਣ, ਫਰੈਸ਼ ਵਾਟਰ ਜਿਹੜਾ ਉਹ ਸਕੂਲ ਦੇ ਅੰਦਰ ਹੀ ਜਿਹੜਾ, ਕਿਉਂਕਿ ਮੈਂ 2 ਸਾਲ ਪਹਿਲੇ ਇਹਦੀ ਰਿਸਰਚ ਕਰ ਚੁੱਕਿਆ ਇਸ ਜਗ੍ਹਾ ਦੀ ਜੀ। ਹੁਣ ਦੇਖੋ ਨਾ ਬਜ਼ੁਰਗਾਂ ਦੀ ਦੂਰ ਅੰਦੇਸ਼ੀ ਕਿ ਜਿੱਥੇ ਬੱਚਿਆਂ ਨੇ ਪੜ੍ਹਨਾ ਉੱਧਰ ਬੋਤਲਾਂ ਵਗੈਰਾ ਨਹੀਂ ਹੁੰਦੀਆਂ ਸੀ, ਨਾ ਟੂਟੀਆਂ ਹੁੰਦੀਆਂ ਸੀ ਜੀ ਜੀ ਬਿਲਕੁਲ, ਅਤੇ ਉੱਥੇ ਵੀ ਉਸ ਵੇਲੇ ਵੀ ਬਜ਼ੁਰਗਾਂ ਨੇ ਬੱਚਿਆਂ ਦੇ ਪੀਣ ਦੀ ਵਿਵਸਥਾ ਕੀਤੀ ਸੀ ਖੂਹ ਦੇ ਦੁਆਰਾ। ਔਰ ਜਿਹੜਾ ਖੂਹ ਬਾਅਦ ਵਿੱਚ ਅੱਜ ਇਤਨਾ ਮਹਾਨ ਹੋ ਗਿਆ ਕਿ ਇੰਨੇ ਪਤਾ ਨਹੀਂ ਸੈਂਕੜੋ ਬੱਚੇ, ਹਜ਼ਾਰੋ ਬੱਚੇ ਕਿਸੇ ਨਾ ਕਿਸੇ ਅੱਛੇ ਅਹੁਦੇ ਦੇ ਉੱਤੇ ਬਣਾ ਕੇ ਭੇਜੇ ਨੇ। ਅੱਛਾ, ਇੱਧਰੋਂ ਜ਼ਿਕਰ ਕਰਨਾ ਇੱਥੇ ਦੀ ਕਬੱਡੀ ਟੀਮ ਔਰ ਇੱਥੇ ਦੀ ਜਿਹੜੀ ਖੇਡਾਂ ਸਨ, ਸਰਗਰਮੀਆਂ ਸਨ, ਉਹਨਾਂ ਦਾ ਪਾਕਿਸਤਾਨ ਸੱਤਾ ਦੇ ਉੱਤੇ ਲੋਕਾਂ ਨੇ ਨਾਮ ਪੈਦਾ ਕੀਤਾ ਔਰ ਜਿਹੜੇ ਲੋਕ ਇੱਥੋਂ ਗਏ ਉਹਨਾਂ ਨੇ ਇੱਥੇ ਉਹ ਇੰਡੀਆ ਵਿੱਚ ਜਾ ਕੇ ਵੀ, ਇਸ ਪੰਜਾਬ ਦੇ ਅੰਦਰ ਵੀ ਜਾ ਕੇ ਬਹੁਤ ਜ਼ਿਆਦਾ ਆਪਣਾ ਨਾਮ ਕਮਾਇਆ। ਦੇਖੋ, ਅਗਰ ਇਨਸਾਨ ਅੱਛੇ ਕੰਮ ਕਰੇ ਔਰ ਕਰਮ ਕਰੇ ਤਾਂ ਆਉਣ ਵਾਲੀ ਔਲਾਦ ਨਸਲ ਜਿਹੜੀ ਹੈ ਆਪਣੇ ਪੁਰਖਾਂ ਦੇ ਉੱਤੇ ਕਿੰਨਾ ਫਖਰ ਮਹਿਸੂਸ ਕਰਦੀ ਹੈ। ਵੀਰ ਜੀ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪਾਕਿਸਤਾਨ ਦੇ ਜਿਹੜੇ ਵਾਸੀ ਨੇ, ਸਾਡੇ ਪੰਜਾਬੀ ਵੀਰ ਨੇ, ਪਠਵਾਰੀ ਵੀਰ ਨੇ, ਇਹ ਸਾਰਾ ਕੁਝ ਤੁਸੀਂ ਦੇਖਿਆ, ਕੋਈ ਚੀਜ਼ ਡੈਮੇਜ ਨਹੀਂ ਹੈ, ਉਹ ਜਿਸ ਤਰ੍ਹਾਂ ਐਪ ਤਾਂ ਬਿਲਡਿੰਗ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹ ਛੱਡ ਕੇ ਗਏ? ਬਿਲਕੁਲ, ਇਹ ਤਾਂ ਬਿਲਕੁਲ ਇੰਝ ਲੱਗਦਾ ਜਿਵੇਂ ਕਿ ਸਾਡੇ ਬਜ਼ੁਰਗ ਹੁਣੇ ਬਣਾ ਕੇ ਤਾਂ ਹੁਣੇ ਨਿਕਲੇ ਨੇ, 47 ਦਾ ਨਜ਼ਾਰਾ ਦਿਸਦਾ ਪਿਆ ਔਰ ਐਜ਼ ਇਟ ਇਜ਼ ਅੱਜ ਤੱਕ ਪ੍ਰੀਜ਼ਰਵ, ਉਹਨਾਂ ਨੇ 47 ਦੇ ਮਾਡਲ ਨੂੰ ਛੇੜਿਆ ਕੀਤਾ ਨਹੀਂ, ਉਹਨੂੰ ਮੇਨਟੇਨ ਕੀਤਾ, ਉਹਦੀ ਉਸਤਤ ਵਧਾਈ ਹੈ ਬੱਚਿਆਂ ਦੀ। ਅਸੀਂ ਤਾਂ ਪ੍ਰਾਈਮਰੀ ਸਕੂਲ ਸਾਡੇ ਬਜ਼ੁਰਗ ਛੱਡ ਗਏ ਸੀ, ਇਹਨਾਂ ਨੇ ਸਰਕਾਰ ਨੇ ਉਸ ਤੋਂ ਬਾਅਦ ਮਿਡਲ ਸਕੂਲ ਇਹਨੂੰ ਤਬਦੀਲ ਕੀਤਾ, ਫਿਰ ਹਾਈ ਸਕੂਲ ਤਬਦੀਲ ਕੀਤਾ। ਹੁਣ ਹੋ ਸਕਦਾ ਵੇ ਸਮੇਂ ਪੈ ਕੇ ਸ਼ਾਇਦ ਇੱਧਰ ਕੋਈ ਕਾਲਜ ਵੀ ਬਣ ਜਾਏ ਜੀ, ਕਾਲਜ ਹੈ, ਇੰਟਰ ਕਾਲਜ ਹੈ, ਬਾਰਵੀਂ ਤੱਕ ਜੀ ਕਾਲਜ ਹੈ, ਬਾਰਵੀਂ ਤੱਕ। ਹਾਂਜੀ, ਇਹਨੂੰ ਹੁਣ ਗ੍ਰੈਜੂਏਟ ਦਾ ਦਰਜਾ ਮਿਲਣ ਵਾਲਾ ਹੈ ਕਹਿੰਦੇ ਨੇ। ਮੈਂ ਉਹੀ ਕਹਿ ਰਿਹਾ, ਗ੍ਰੈਜੂਏਟ ਦਾ ਹੀ ਜੀ ਜੀ, ਕਿਉਂਕਿ ਬਾਰਵੀਂ ਤੱਕ ਤਾਂ ਹਾਈ ਸਕੂਲ ਹੀ ਹੁੰਦਾ ਸਾਡੇ ਪਾਸੇ, ਠੀਕ ਹੈ, ਅਤੇ ਇੱਥੇ ਇੰਟਰਮੀਡੀਏਟ, ਠੀਕ ਹੈ, ਇੰਟਰ ਕਾਲਜ। ਹਾਂਜੀ, ਇੰਟਰ ਕਾਲਜ, ਬਹੁਤ ਅੱਛਾ, ਬਹੁਤ ਅੱਛਾ, ਇਹ ਬਹੁਤ ਅੱਛੀ ਗੱਲ ਸੁਣਾਈ ਹੈ ਤੁਸੀਂ, ਤਾਂ ਬਹੁਤ ਅੱਛਾ ਲੱਗਾ ਵੀਰ ਜੀ ਤੁਹਾਡੇ ਵਿਚਾਰ ਸੁਣ ਕੇ। ਤਾਂ ਮੈਂ ਕਹਾਂਗਾ ਸ਼ੁਕਰਗੁਜ਼ਾਰ ਹਾਂ ਤੁਸੀਂ ਮੈਨੂੰ ਇੱਥੇ ਲਿਆਇਓ ਅਤੇ ਇੰਨੀ ਸਾਰੀ ਜਾਣਕਾਰੀ ਦਿੱਤੀ। ਚਲੋ ਜੀ, ਰੱਬ ਰੱਖਾ ਜੀ। ਗੱਲ ਉਹੀ ਆ ਜਾਂਦੀ ਹੈ, ਸੂਰਤਾਂ ਚਲੀਆਂ ਜਾਂਦੀਆਂ ਨੇ, ਲੋਕ ਟੁਰ ਜਾਂਦੇ ਨੇ, ਲੇਕਿਨ ਉਹਨਾਂ ਦੇ ਕੀਤੇ ਹੋਏ ਚੰਗੇ ਕੰਮ ਜਿਹੜੇ ਨੇ ਉਹ ਕਦੀ ਖਤਮ ਨਹੀਂ ਹੁੰਦੇ, ਨਾ ਹੀ ਉਹਨਾਂ ਕੰਮਾਂ ਨੂੰ ਕੋਈ ਖਤਮ ਕਰ ਸਕਦਾ। ਉਹਦੀ ਹੀ ਇੱਕ ਜ਼ਿੰਦਾ ਮਿਸਾਲ ਜਿਹੜੀ ਹੈ ਇਹ ਆਨੰਦ ਫੈਮਲੀ ਦਾ ਬਣਾਇਆ ਹੋਇਆ ਸਾਗਰੀ ਦਾ ਸਕੂਲ ਹੈ, ਜਿਹੜੀ ਕਿ ਅੱਜ ਵੀ ਆਪਣੀ ਅਸਲ ਹਾਲਤ ਦੇ ਵਿੱਚ ਨੇ, ਔਰ ਸਰਦਾਰ ਜੀ ਦੇਖ ਕੇ ਕਿੰਨਾ ਖੁਸ਼ ਹੋ ਰਹੇ ਨੇ, ਇਸ ਚੀਜ਼ ਦਾ ਮੈਂ ਹੀ ਅੰਦਾਜ਼ਾ ਲਾ ਸਕਦਾ ਵਾਂ ਕਿਉਂਕਿ ਮੈਂ ਇਹਨਾਂ ਦੇ ਨਾਲ ਹਾਂ, ਔਰ ਇਹ ਦੇਖ ਰਹੇ ਨੇ ਕਿ ਪਸ਼ਤਾਨੀ ਸਕੂਲ ਜਿਹੜਾ ਉਹ ਕਿੰਨਾ ਉਸੇ ਤਰ੍ਹਾਂ ਖਲੋਤਾ ਹੋਇਆ ਜਿਸ ਤਰ੍ਹਾਂ ਕਿ 1947 ਦੇ ਵਿੱਚ ਸੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸਾਗਰੀ ਦਾ ਪੁਰਾਣਾ ਖਾਲਸਾ ਹਾਈ ਸਕੂਲ ਔਰ ਹੁਣ ਨੌ ਜਿਹੜਾ ਇੰਟਰ ਇੰਟਰ ਸਕੂਲ ਸਾਗਰੀ। ਤਾਂ ਦੇਖਦੇ ਰਹੋ ਫਿਰ, ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।